ਪਾਣੀ ਦਾ ਮਸਲਾ ਚਾਹ ਦੇ ਕੇ ਸਾਡੇ ਨਾਲ ਲੈਣ ਲੱਗਾ ਦੀ ਮਾਂ ਡਲਾਈ ਆਸ਼ਰਮ ਦੀ। ਅਸ ਉਹ ਪਾਣੀ ਨਹੀਂ ਲੈਣਾ ਚਾਹੁੰਦੇ। ਅਸ ਪਾਣੀ ਬਾਰੇ ਚਾਹਦੇ, ਸਾਡੀ ਨਹਿਰ ਸਬਜ਼ੀਆਂ ਅੱਜ ਸੋਮਵਾਰ ਹੈ, ਇੱਥੇ ਹੋਣਾ ਚਾਹੀਦਾ ਬੰਦਾ, ਲੇਕਿਨ ਇਸ ਲਈ ਰੋਡ ਬਲਾਕ ਬੰਦ ਕਰਨਾ, ਅਗਰ ਇੱਥੇ ਬੰਦਾ ਕੋਈ ਨਹੀਂ ਮਿਲਾਜ਼ਮ, ਸਾਡੀ ਸੁਣਾਈ ਕੋਈ ਨਹੀਂ ਹੈ। ਤਹਿਸੀਲੀ 'ਚ ਆਏ ਦੇ ਜਗ੍ਹਾ ਨੈਬ ਤਹਿਸੀਲ ਵੀ ਹੈ, ਸੁਣਨ ਦੇ ਆਸ ਆਏ ਦੇ ਇੱਥੇ ਪਾਣੀ ਦੇ ਬਾਰੇ ਅਤੇ ਸਾਡੇ ਇਲਾਕੇ 'ਚ ਪਾਣੀ ਹੈ, ਇੱਕ ਨਾਲਾ ਵਗਦਾ ਤਾਂ ਸਾਡੇ ਨਾਲਾ ਬਿਲਕੁਲ, ਅਤੇ ਉਹਦੇ 'ਚ ਪਹਿਲਾਂ ਦੋ ਚਾਰ ਪਾਈਪਾਂ ਚਲਾ ਰਹੀਆਂ ਹਨ, ਇਰੀਗੇਸ਼ਨ ਦੀ ਨਹਿਰ ਚਲਾ ਰਹੀ ਹੈ, ਅਤੇ ਉਸੇ ਇਰੀਗੇਸ਼ਨ ਪਰ ਅਸੀਂ ਲੋਕਾਂ ਨਾਲ ਡਿਪੈਂਡ ਹੈ, ਠੀਕ ਹੈ। ਇਸ ਇਲਾਕੇ 'ਚ ਕੋਈ ਮੁਲਾਜ਼ਮ ਨਹੀਂ ਹੈ, ਕੋਈ ਕੁਛ ਨਹੀਂ ਹੈ, ਇਸ ਇਲਾਕੇ ਰੋਜ਼ਗਾਰ ਕੋਈ ਨਹੀਂ, ਕਿਸੇ ਕੋਲ ਕਨਾਲ ਦੋ ਕਨਾਲ, ਕੋਈ ਸਰਕਾਰ ਕੋਈ ਮਾਲਕੀ ਜਗ੍ਹਾ ਉਹਦੇ ਉੱਪਰ ਗੁਜ਼ਾਰਾ ਕਰਾਉਂਦੇ ਹਨ ਬਿਲਕੁਲ। ਉਹ ਅਗਰ ਪਾਣੀ ਤ੍ਰੀਏ ਚੌਥੇ ਗ੍ਰਾਂਏ ਕੀ ਦਿੱਤਾ ਜਾ, ਅਸੀਂ ਲੋਕਾਂ ਕੋਲ ਉੱਥੇ ਜਾਣਾ, ਜਾਂ ਅਸੀਂ ਇੱਥੇ ਦੇ ਜਿਹੜੇ ਨੌਜਵਾਨ ਕੋਈ ਨੌਕਰੀ ਕਰਨ ਦਾ ਸੋਰਸ ਨਹੀਂ ਹੈ, ਕੋਈ ਕਮਾਈ ਦਾ ਸੋਰਸ ਨਹੀਂ ਹੈ, ਉਹ ਜੋ ਮੇਰੇ ਕੰਮ ਕਰਦੇ ਉਹ ਇਹਦਾ ਸੋਰਸ ਹੈ। ਮਤਲਬ ਤੁਹਾਡੇ ਆਖਣਾ ਮਤਲਬ ਹੈ ਕਿ ਜੇਕਰ ਪਾਣੀ ਹੈ ਉਹਦੀ ਵਜ੍ਹਾ ਕਿੰਨਾ ਕਿ ਸਾਰਾ ਰੋਜ਼ਗਾਰ ਜੇਕਰ ਚਲਾਦਾ ਹੈ। ਬਾਕੀ ਸਾਡਾ ਇਸ ਇਲਾਕੇ ਨੇ ਰੋਗ ਉਹ ਆਸ਼ਰਮ ਗਿਆ, ਮਾਨਤਲਾਈ ਸਪਲਾਈ ਹੋਈ ਸੀਗੀ, ਉੱਥੇ 50 ਕਰੋੜ ਦਾ ਭਰਾ ਪੈਸਾ ਲੱਗਿਆ, ਅਤੇ ਗੌਰਮੈਂਟ ਦੇ ਘਰ ਕਿਸੇ ਚੀਜ਼ ਦੀ ਤਾਂ ਤੰਗੀ ਨਹੀਂ ਸਕਦੇ, ਮੋਟਰ ਲਾਈ ਸਕਦੇ, ਕਿ ਸਾਡੇ ਵਾ ਸਾਡਾ ਨੁਕਸਾਨ ਕੀ ਕਰਾ ਦੇ। ਬਿਲਕੁਲ, ਤੁਸੀਂ ਦੱਸੋ ਥੋੜ੍ਹੀ ਆਪਣੀ ਪਰੇਸ਼ਾਨੀ। ਆਪਣਾ ਮਤਲਬ ਇਹ ਹੈ ਕਿ ਸਾਡੀ ਮਤਲਬ ਨਹਿਰ ਚਲਾਈ ਹੈ, ਇੱਧਰ ਮਤਲਬ ਨਾ ਕੋਈ ਲੈਣ ਦੇ ਨਹੀਂ ਅਸਾਂ, ਨਾ ਕੋਈ ਵੀ, ਠੀਕ ਹੈ। ਸਾਡਾ ਅਸਾਂ ਅੱਗੇ ਪਾਣੀ ਬੜਾ ਘੱਟ ਹੈ, ਬਾਰਿਸ਼ ਨਹੀਂ ਹੋ ਰਹੀ, ਇਸ ਪਾਣੀ ਜਿਸ ਲਾ ਕਰ ਇਹ ਪਾਣੀ ਉੱਧਰ ਗਿਆ, ਪਿੱਛੇ ਸਾਡਾ ਅਸਰ ਘੇਰ ਰਿਹਾ, ਅਸਾਂ ਲੋਕਾਂ ਗੁਜ਼ਾਰਾ ਕੁੱਧਰ ਕਰਨਾ, ਉਹ ਵੀ ਹੈ ਸਾਡਾ ਜ਼ਰੀਆ ਇਹੀ ਹੈ, ਪਾਣੀ ਹੋਊਗਾ ਫਸਲਾਂ ਤਿਆਰ ਹੋਣੀਆਂ, ਫਸਲਾਂ ਤਿਆਰ ਹੋਣਗੇ ਤਾਂ ਸਾਰਾ ਡਿਪੈਂਡ ਉਹਦੇ ਉੱਪਰ ਗਿਆ, ਸਬਜ਼ੀ ਕੱਢਦੇ ਜੇਕਰ ਥੋੜ੍ਹੀ ਬਹੁਤ ਕੱਢਦੇ, ਉਹਦਾ ਰੋਜ਼ਗਾਰ ਵਾ, ਉਹਦੇ ਰੋਟੀ ਫੁਲਕਾ ਜਿਹੜਾ ਵੀ ਹੈ ਉਹ ਉੱਥੇ ਗਿਆ ਸਾਰਾ। ਜਲ ਸ਼ਕਤੀ ਕੇ ਲਈ ਉਹ ਖੋਜ ਬਣਿਆ ਨਾ, ਸਭੀ ਘਰ ਘਰ ਮੇਂ ਬਣਿਆ, ਉਸਕੇ ਲਈ ਪੂਰਾ ਹੋਗਾ ਇਹ ਪਾਣੀ ਨਹੀਂ ਹੋਗਾ, ਉਸਕੇ ਲਈ ਵੀ ਪੂਰਾ ਨਹੀਂ ਹੋਗਾ, ਅਗਰ ਇਹ ਉੱਧਰ ਲੈ ਗਏ ਤਾਂ ਮਤਲਬ ਇੱਧਰ ਤੋਂ ਕੁਛ ਨਹੀਂ ਬਚੇਗਾ, ਪਾਣੀ ਨਹੀਂ ਮਿਲੇਗਾ, ਨਾਲੇ ਵਗੈਰਾ ਕਰਾੜ ਵਗੈਰਾ ਜੇ ਚੱਲ ਰਹੇ ਹੈ, ਨਹਿਰ ਹਮਾਰੀ ਇਧਰ ਕਾ, ਇਧਰ ਕਾ ਰੋਜ਼ਗਾਰ ਹੈ ਜੋ ਐਗਰੀਕਲਚਰ ਪੇ ਹੀ ਹੈ, ਪੂਰਾ ਐਗਰੀਕਲਚਰ ਪੇ ਹੈ, ਬਹੁਤ ਸਾਰਾ ਬੰਦ ਹੋ ਜਾਏਗਾ। ਦੇਖੋ ਭਾਈ, ਹੈਲੋ ਗਾਈਸ, ਇਹ ਹੈ ਸਿਦਮਾ ਦੇਵ ਪੰਚਾਇਤ ਤਹਿਸੀਲ, ਇਧਰ ਕੇ ਜਿਤਨੇ ਵੀ ਬੰਦੇ ਹੈ ਉਹ ਸਾਰੇ ਇਧਰ ਆਏ ਹੋਏ ਹੈ, ਇਨਕਾ ਕਹਿਣਾ ਯਹੀ ਹੈ ਕਿ ਜੋ ਹੈ ਪਾਣੀ ਜੋ ਮਾਨਤਲਾਈ ਆਸ਼ਰਮ ਕੇ ਲੀਏ ਜਾ ਰਹਾ ਹੈ ਵੋ ਨਾ ਲੇ, ਔਰ ਮਤਲਬ ਜੋ ਵੀ ਇਨਕਾ ਕਾਰੋਬਾਰ ਜੋ ਵੀ ਇਨਕਾ ਡਿਪੈਂਡ ਹੈ ਵੋ ਸਾਰਾ ਉਸੀ ਪਾਣੀ ਪੇ ਡਿਪੈਂਡ ਹੈ, ਇਨਕਾ ਇੱਕ ਹੀ ਬਾਤ ਹੈ, ਇਨਕੀ ਇੱਕ ਹੀ ਰਿਕੁਐਸਟ ਹੈ ਕਿ ਵੋ ਪਾਣੀ ਨਾ, ਅਭੀ ਤੋ ਇਹ ਬੋਲ ਰਹੇ ਹੈ ਕਿ ਹਮ ਬੋਲ ਰਹੇ ਸ਼ਰੀਫੀ ਸੇ ਕਿ ਹਮ ਪਾਣੀ ਨਹੀਂ ਦੇਂਗੇ, ਮਗਰ ਅਗਰ ਕਿਸੀ ਵੀ ਡਿਪਾਰਟਮੈਂਟ ਨੇ ਐਕਸ਼ਨ ਨਹੀਂ ਲਿਆ ਤੋ ਹਮ ਰੋਡ ਵੀ ਬਲੋਕ ਕਰ ਦੇਂਗੇ, ਇਨਕਾ ਇਹ ਕਹਿਣਾ ਹੈ ਕਿ ਹਮਾਰਾ ਜੋ ਵੀ ਹੈ ਪੂਰਾ ਡਿਪੈਂਡ ਜੋ ਹੈ ਪੂਰਾ ਐਗਰੀਕਲਚਰ ਹੈ, ਔਰ ਨਾ ਤੋ ਕਿਸੀ ਕੀ ਜੋਬ ਹੈ, ਜਾਂ ਤੋ ਇਨਕਾ ਕਹਿਣਾ ਇਹ ਹੈ ਕਿ ਘਰ ਕੇ ਲੀਏ ਹਰ ਇੱਕ ਘਰ ਕੇ ਲੀਏ ਇੱਕ ਜੋਬ ਦੀ ਜਾਏ, ਜਾਂ ਤੋ ਇਨਕਾ ਕਹਿਣਾ ਕਿ ਹਮਾਰੇ ਪਾਣੀ ਕੋ ਨਾ ਲੇਂ।
सारे तहसील में आके बैठे हुए हैं। तहसील का कोई भी मतलब कोई भी जो भी है इधर अंदर कोई है ही नहीं, इधर गवर्नमेंट मुलाजम जो है कोई भी अंदर नहीं है इस वक्त। और ये कार्यक्रम है।